ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਲੋਕਡਾਊਨ ਕੀਤਾ ਗਿਆ ਉੱਥੇ ਹੀ ਮੋਗਾ ਦੇ ਪਿੰਡ ਹਕੀਮਾ ਵਿੱਚ ਕੁਝ ਲੋਕਾਂ ਵੱਲੋਂ ਘਰੋਂ ਬਾਹਰ ਜਾਣ ਦੀ ਜਿੱਦ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾਉਣ ਲਈ ਪੁਲਿਸ ਦੇ ਨਾਲ ਉਹਨਾਂ ਦੀ ਝੜਪ ਵੀ ਹੋ ਗਈ ਇਸ ਦੌਰਾਨ ਇੱਕ SHO ਵੀ ਜ਼ਖਮੀ ਹੋ ਗਿਆ ਮੋਗਾ ਦੇ SPD ਹਰਿੰਦਰਪਾਲ ਸਿੰਘ ਪਰਮਾਰ ਨੇ ਇਸ ਘਟਨਾ ਦੀ ਪੂਰੀ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਹਿੰਦੇ ਜੇ ਆ ਪਿੰਡ ਨੂਰਪੁਰ ਹਕੀਮਾ ਦੇ ਵਿੱਚ ਨਸ਼ਾ ਰੋਕੋ ਕਮੇਟੀ ਹੈਗੀ ਹੈ ਇੱਕ ਬਣਾਈ ਉਹ ਨਾਲ ਹੁਣ ਕਰੋਨਾ ਦੀ ਅਵੇਅਰਨੈਸ ਵੀ ਦੱਸ ਰਿਹਾ ਪਿੰਡ ਦੇ ਲੋਕਾਂ ਨੂੰ ਉਹਨਾਂ ਨੇ ਨਾਕੇ ਲਾਏ ਸੀ ਪਿੰਡ ਦੇ ਆਸ ਪਾਸ ਬਾਹਰ ਦੀਆਂ ਐਂਟਰੀਆਂ 'ਤੇ ਉਹਦੇ ਵਿੱਚ ਉਹ ਲੋਕਾਂ ਨੂੰ ਸਮਝਾ ਰਹੇ ਸੀ ਦੇਸ਼ ਦੇ ਵਿੱਚ ਇਹ ਲੋਕ ਇਕੱਠੇ ਹੋ ਕੇ ਬਾਹਰ ਨੂੰ ਜਾਣਾ ਚਾਹੁੰਦੇ ਸੀ 2-4 ਜਣੇ ਅਤੇ ਉਹਨਾਂ ਨੇ ਇਹਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਆਪਣੇ ਨਾਲ ਦੇ ਸਾਥੀ ਹੋਰ ਬੁਲਾ ਕੇ ਉਹਨਾਂ ਨਾਲ ਬਹਿਸ ਕਰਨੀ ਸ਼ੁਰੂ ਕਰਤੀ ਜਿਨ੍ਹਾਂ ਨੇ ਪੁਲਿਸ ਨੂੰ ਬੁਲਾ ਲਿਆ ਜਦੋਂ ਇਹ ਸਾਡਾ SHO ਉੱਥੇ ਗਿਆ ਅਤੇ ਉਹਨਾਂ ਲੋਕਾਂ ਨੇ ਪੁਲਿਸ ਪਾਰਟੀ ਦੇ ਨਾਲ ਹੀ ਹਮਲਾ ਕਰਤਾ ਜਿਹਦੇ ਕਰਕੇ ਪੁਲਿਸ ਨੇ ਕਾਰਵਾਈ ਕੀਤੀ ਸਰ ਕੋਈ ਤੁਸੀਂ ਪਕੜ ਪਾਏ ਸਰ ਮੁਲਜ਼ਮ ਜੀ ਅਸੀਂ 5 ਬੰਦੇ ਜਿਹੜੇ ਹੈਗੇ ਆ ਮਤਲਬ 4 ਬੰਦੇ ਅਤੇ ਇੱਕ ਲੇਡੀ ਜਿਹੜੀ ਹੈਗੀ ਆ ਫੜੇ ਹੈਗੇ ਆ ਅਤੇ 22 ਨੇਮ 27 ਦੇ ਖਿਲਾਫ ਪਰਚਾ ਦਰਜ ਹੈਗਾ ਜਿਨ੍ਹਾਂ ਨੂੰ ਆਈਡੈਂਟੀਫਾਈ ਕਰ ਲਿਆ ਸੀਗਾ SHO ਨੇ ਉਹਦੇ ਵੱਲੋਂ ਪਰਚਾ ਦਰਜ ਹੈਗਾ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਧਾਰਾ 307 323 186 323 269 270 148 341 188 120 ਦਾ IPC ਦਾ ਦਿਨ ਪਰਚਾ ਦਰਜ ਕੀਤਾ ਸਰ ਜਦੋਂ ਉਹਨਾਂ 'ਤੇ ਪੱਥਰ ਮਾਰੇ ਕੋਈ ਗਹਿਰੀ ਸੱਟ ਤਾਂ ਨਹੀਂ ਮਿਲੀ ਮੁਲਾਜ਼ਮਾਂ ਨੇ ਨਾ ਸਾਡੇ SHO 'ਤੇ ਸੱਟ ਲੱਗੀ ਹੈਗੀ ਉਹ ਮੈਡੀਕਲ ਕਰਵਾ ਰਿਹਾ ਹੈਗਾ ਫਿਲਹਾਲ 323 ਦਾ ਪਰਚਾ ਦਿੱਤਾ ਜਾਂਦਾ ਆ ਅਤੇ ਜੇ ਜਿਹੜੇ ਕੋਈ ਰਿਜ਼ਲਟ ਆ ਗਿਆ ਗ੍ਰੀਵੀਅਸ ਦਾ ਤਾਂ ਉਹ 326 ਸਰ 323 307 ਪਹਿਲਾਂ ਆਲਰੇਡੀ ਦਿੱਤਾ ਹੈਗਾ 323 ਦੀ ਧਾਰਾ ਲਗਾਈ ਹੈਗੀ 326 ਵਿੱਚ ਵੱਧ ਇਸ ਟਾਈਮ SH ਸਾਹਿਬ ਸਰ ਕਿੱਥੇ ਮੈਡੀਕਲ ਉਹਨਾਂ ਨੇ ਕਰਵਾ ਕੇ ਆ ਰਹੇ ਵਾਪਸ ਠੀਕ ਹੈ ਸਰ ਇੰਨੇ ਦਿਲ ਵਧੇ ਉਹਨਾਂ ਦੇ ਸਰ ਕਰਦੇ ਆ ਸਰ ਕੀ ਕੋਈ ਪੁਲਿਸ ਵੱਲੋਂ ਕੋਈ ਕਦਮ ਠੋਸ ਕਦਮ ਨਹੀਂ ਉਠਾਇਆ ਜਾ ਰਿਹਾ ਪੁਲਿਸ ਲਗਾਤਾਰ ਇਹ ਜਿਹੜੇ ਹੈਗੇ ਆ ਲੋਕ ਇਹ ਪ੍ਰੈਸ਼ਰ ਦੇ ਵਿੱਚ ਹੈਗੇ ਆ ਇਹ ਇਸਦੇ ਨਾਲ ਨਾਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਨਸ਼ੇ ਦਾ ਵੀ ਕਾਰੋਬਾਰ ਕਰਦੇ ਆ ਲੋਕ ਜਿਨ੍ਹਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕੀਤਾ ਹੈਗਾ ਆ ਇਹਨਾਂ ਦਾ ਕਾਰੋਬਾਰ ਬੰਦ ਹੋ ਚੁੱਕਿਆ ਪਹਿਲਾਂ ਪੁਲਿਸ ਦੇ ਵੱਲੋਂ ਪ੍ਰੋਪਰਟੀਆਂ ਇਹਨਾਂ ਦੀਆਂ ਸੀਲ ਕੀਤੀਆਂ ਗਈਆਂ ਸੀਗੀਆਂ ਅਤੇ ਉਹ ਤੋਂ ਬਾਅਦ ਪੁਲਿਸ ਨੇ ਇਹਨਾਂ ਦੇ ਬਹੁਤ ਦਬਾਅ ਪਾ ਲਿਆ ਹੁਣ ਕਰੋਨਾ ਵਾਇਰਸ ਕਰਕੇ ਇਹਨਾਂ ਦੀ ਬਿਲਕੁਲ ਜਿਹੜੀ ਹੈਗੀ ਆ ਮਤਲਬ ਬਹੁਤ ਬੁਰੇ ਹਾਲਾਤ ਵਿੱਚੋਂ ਲੰਘ ਰਹੇ ਹੈਗੇ ਇਹ ਚਾਹੁੰਦੇ ਇਹਨਾਂ ਦਾ ਧੰਦਾ ਜਾਰੀ ਰਹੇ ਇਸ ਕਰਕੇ ਵੀ ਰਿਪੋਰਟ ਇਹਦੇ ਨਾਲ ਨਾਲ ਇਹਦਾ ਇਸੇ ਕਰਕੇ ਵੀ ਰਿਪੋਰਟ ਪਿੰਡ ਨੂਰਪੁਰ ਹਕੀਮਾ ਵਿੱਚ ਇੱਕ ਨਸ਼ਾ ਰੋਕੂ ਕਮੇਟੀ ਬਣਾਈ ਗਈ ਹੈ ਜੋ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਾਰੇ ਜਾਗਰੂਕ ਕਰ ਰਹੀ ਸੀ ਅਤੇ ਇਸ ਦੌਰਾਨ ਪਿੰਡ ਦੇ ਲੋਕਾਂ ਨਾਲ ਉਸਦੀ ਬਹਿਸ ਹੋ ਗਈ ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਪੈਦਾ ਹੋਇਆ ਵੀਰ ਜੀ ਇਹ ਸੀਗੀ ਕਿ ਅਸੀਂ ਇੱਥੇ ਬੈਠੇ ਸੀਗੇ ਇੱਥੇ ਆ ਕੇ ਸਰਪੰਚ ਨੇ ਗੱਡੀ ਰੋਕੀ ਉਹਨੇ ਪੁੱਛਿਆ ਉਹਦੇ ਨਾਲ ਗੱਲਬਾਤ ਕੀਤੀ ਉਹਨੇ ਜਾ ਕੇ ਉੱਥੇ ਲੋਕਾਂ ਨੂੰ ਭੜਕਾ ਉਹ ਆ ਕੇ ਰੌਲਾ ਪਾਉਂਦੇ ਇੱਥੇ ਗੱਲ ਪੈਣ ਮੁਲਾਜ਼ਮਾਂ ਦੇ ਵੀ ਆ ਕੇ ਗੱਲ ਪੈ ਗਈ ਕੌਣ ਪੈ ਗੱਲ ਇਹ ਸਾਰੇ ਮੁਹੱਲੇ ਵਾਲੇ ਰਾਪ ਕਾਹਦੇ ਵਾਸਤੇ ਗੱਲ ਪੈ ਗਈ ਕਿ ਤੁਸੀਂ ਉਹ ਇਹ ਪੁਲੀ ਪਟਾਉਣੇ ਆ ਪੁਲੀ ਦੀ ਕੋਈ ਗੱਲ ਹੀ ਨਹੀਂ ਕਿਹੜੇ ਬੰਦੇ ਦਾ ਗੱਲ ਪਤਾ ਬੰਦੇ ਸਾਰੇ ਆਣ ਪਛਾਤੇ ਵਿੱਚ ਦੂਜੇ ਬਹੁਤ ਜਣੇ ਸੀ ਨਾਮ ਪਤਾ ਕਿਸੇ ਦਾ ਨਾਮ ਸਾਡੀ ਦੂਜੇ ਦੀ ਕਮੇਟੀ ਉੱਥੇ ਉਹਨਾਂ ਨੂੰ ਸਾਰਿਆਂ ਦਾ ਪਤਾ ਲਿਖਾ ਦਿੱਤਾ ਨਾਮ ਲਿਖਾਏ ਹੋਏ ਆ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਘਰ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਲੋਕ ਆਪਣੀ ਮਨਮਰਜ਼ੀ ਕਰ ਰਹੇ ਨੇ ਅਤੇ ਪੁਲਿਸ ਦਾ ਵੀ ਵਿਰੋਧ ਕਰ ਰਹੇ ਨੇ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ ਗਲੋਬਲ ਪੰਜਾਬ TV